ਕਾਨੂੰਨ ਤੇ ਪ੍ਰਬੰਧ ਦੀ ਸਥਿਤੀ ਬਣਾਈ ਰੱਖਣ ਦੀ ਰੋਜ਼ਾਨਾ ਡਿਊਟੀ ਤੋਂ ਕੁਝ ਵੱਖਰਾ ਕਰਦਿਆਂ ਰੂਪਨਗਰ ਪੁਲਿਸ ਨੇ ਇੱਕ ਨਵੇਕਲੀ ਪਹਿਲਕਦਮੀ ਕੀਤੀ ਹੈ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋੜੀਂਦੀਆਂ ਕੁਆਰੰਟੀਨ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ ਨਾਲ ਪੁਲਿਸ ਲਾਈਨ ਰੂਪਨਗਰ ਵਿਖੇ ਇੱਕ ਵਿੰਗ ਨੂੰ ਹਸਪਤਾਲ ਵਿੱਚ ਤਬਦੀਲ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਇਸ ਸਮੇਂ ਇਸ ਪੁਲਿਸ ਹਸਪਤਾਲ ਵਿੱਚ 9 ਬਿਸਤਰੇ ਨੇ, ਪਰ ਲੋੜ ਪੈਣ ਤੇ ਇਸ ਨੂੰ ਵਧਾ ਕੇ 18 ਕੀਤਾ ਜਾ ਸਕਦਾ ਹੈ। ਡੀਜੀਪੀ ਦਿਨਕਰ ਗੁਪਤਾ ਨੇ ਵੀ ਰੂਪਨਗਰ ਪੁਲਿਸ ਦੀ ਇਸ ਪਹਿਲਕਦਮੀ ਦੀ ਤਾਰੀਫ ਕੀਤੀ ਹੈ। ਰੂਪਨਗਰ ਜ਼ਿਲ੍ਹੇ ਦੇ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਕੋਵਿਡ-19 ਦੇ ਪੋਜ਼ਿਟਿਵ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਆਈਸੋਲੇਸ਼ਨ ਵਿੱਚ ਰੱਖਣ ਲਈ ਇਹ ਹਸਪਤਾਲ ਬਿਲਕੁਲ ਤਿਆਰ ਹੈ। ਉਹਨਾਂ ਦੱਸਿਆ ਕਿ ਪੁਲਿਸ ਕਰਮੀਆਂ ਦੇ ਬੱਚੇ ਜੋ MBBS ਤੇ ਨਰਸਿੰਗ ਕੋਰਸਾਂ ਦੀ ਪੜ੍ਹਾਈ ਕਰ ਰਹੇ ਨੇ, ਉਹਨਾਂ ਇਸ ਵਿਸ਼ੇਸ਼ ਹਸਪਤਾਲ ਵਿੱਚ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ। ਐਸਪੀ ਹੈੱਡਕੁਆਰਟਰ ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਪੁਲਿਸ ਕਰਮੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰਾਂ ਦੀ ਇੱਕ ਟੀਮ ਦਫ਼ਤਰਾਂ ਵਿੱਚ ਬਾਕਾਇਦਾ ਜਾਂਚ ਕਰਦੀ ਰਹਿੰਦੀ ਹੈ। ਮੈਡੀਕਲ ਟੀਮ ਕੋਲ ਜ਼ਰੂਰੀ ਡਾਕਟਰੀ ਉਪਕਰਨਾਂ ਨਾਲ ਲੈਸ ਇੱਕ ਐਂਬੂਲੈਂਸ ਵੀ ਹੈ। ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਲਈ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਤਿਆਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪੁਲਿਸ ਨੂੰ ਵਿਟਾਮਿਨ ਬੀ ਅਤੇ ਸੀ ਸਮੇਤ ਸਾਰੇ ਸਪਲੀਮੈਂਟਾਂ ਦੀ ਇੱਕ ਮਹੀਨੇ ਤੱਕ ਸਪਲਾਈ ਦਿੱਤੀ ਗਈ ਹੈ। ਇਸ ਨਵੇਂ ਕੋਵਿਡ ਹਸਪਤਾਲ ਵਿੱਚ ਤਾਜ਼ਾ ਮੈਡੀਕਲ ਦੀ ਪੜ੍ਹਾਈ ਕਰਕੇ ਵਲੰਟੀਅਰ ਦੇ ਤੌਰ 'ਤੇ ਸੇਵਾ ਨਿਭਾਉਣ ਵਾਲੀ MBBS ਡਾਕਟਰ ਨਤਾਸ਼ਾ ਅਤੇ ਪ੍ਰਵੀਨ ਨੇ ਕਿਹਾ ਕਿ ਬੇਸ਼ੱਕ ਇਹ ਸੰਕਟ ਦੀ ਘੜੀ ਹੈ, ਪਰ ਉਹ ਫਖਰ ਮਹਿਸੂਸ ਕਰਦੇ ਨੇ ਕਿ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਪੂਰੇ ਦੇਸ਼ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਪੈਂਡੈਮਿਕ ਹੋ ਗਿਆ ਹੈ ਕਰੋਨਾ ਵਾਇਰਸ ਦਾ, ਤਾਂ ਇਹਦੇ ਕਰਕੇ ਸਾਡੇ ਇੱਥੇ ਰੋਪੜ ਜ਼ਿਲ੍ਹੇ 'ਚ ਅਲੱਗ ਅਲੱਗ ਕੁਆਰੰਟਾਈਨ ਸੈਂਟਰ ਬਣਾਏ ਗਏ ਆ, ਅਤੇ ਉਹਨਾਂ ਵਿੱਚੋਂ ਪੁਲਿਸ ਲਾਈਨ ਵੀ ਇੱਕ ਸੈਂਟਰ ਆ ਜਿੱਥੇ ਕਿ ਕੁਆਰੰਟਾਈਨ ਸੈਂਟਰ ਬਣਾਇਆ ਗਿਆ ਹੈ। ਅਗਰ ਲੋੜ ਪਈ ਤਾਂ ਇੱਥੇ ਵੀ ਅਸੀਂ ਪੇਸ਼ੈਂਟਸ ਰੱਖ ਸਕਦੇ ਹਾਂ। ਅਤੇ ਅਸੀਂ ਐਜ਼ ਅ ਵਲੰਟੀਅਰ ਕੰਮ ਕਰ ਰਹੇ ਹਾਂ, ਅਸੀਂ 5 ਸਟਾਫ ਐਜ਼ ਅ ਵਲੰਟੀਅਰ ਕੰਮ ਕਰ ਰਹੇ, ਜਿਨ੍ਹਾਂ 'ਚ ਮੈਂ ਡਾਕਟਰ ਨਿਤਾਸ਼ਾ, ਸਾਡੇ ਸਟਾਫ ਆ, BSc ਨਰਸਿੰਗ ਦਾ ਸਟਾਫ ਆ, ਬਾਕੀ ਸਾਰਾ। ਅਸੀਂ ਬਹੁਤ ਮਤਲਬ ਸਾਡੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਅਸੀਂ ਇਸ ਮਹਾਮਾਰੀ ਦੇ ਵਿੱਚ ਆਪਣਾ ਸਹਿਯੋਗ ਦੇਈਏ। ਐਜ਼ ਏ ਮੈਂ ਲੈਬ ਟੈਕਨੀਸ਼ੀਅਨ BMLS ਇੱਥੇ ਆਪਣਾ ਸੇਵਾ ਕੰਮ ਵਿੱਚ ਯੋਗਦਾਨ ਦੇ ਕੇ ਸੇਵਾ ਦਾ ਕੰਮ ਕਰ ਰਹੇ ਹਾਂ, ਅਤੇ ਇੱਥੇ ਅਕੋਰਡਿੰਗ ਸੈਪਲਿੰਗ ਲੈਣ ਦਾ ਕੰਮ ਕਰ ਦਿੰਦੇ ਹਾਂ, ਅਤੇ ਐਜ਼ ਏ ਨਰਸਿੰਗ ਆਪਣੇ ਸੇਵਾ ਕਰਕੇ ਯੋਗਦਾਨ ਦੇਵਾਂਗੇ, ਅਤੇ ਹੋ ਸਕੇ ਆਪਾਂ ਜਿੰਨਾ ਹੋ ਸਕੇ ਇੱਥੇ ਸਹਿਯੋਗ ਦੇਵਾਂਗੇ। ਜਿਹੜਾ ਇਹ ਹੋਸਪਿਟਲ ਹੈ, ਇਹਦੇ ਵਿੱਚ ਅਸੀਂ 9 ਬੈੱਡ ਦਾ ਹੋਸਪਿਟਲ ਜਿਹੜਾ ਤਿਆਰ ਕੀਤਾ, ਜਿਹੜਾ ਕਿ DGP ਸਾਹਿਬ ਦੇ ਹੁਕਮ ਮੁਤਾਬਕ DGP ਸਾਹਿਬ ਨੇ ਜਿਹੜਾ ਸਾਨੂੰ ਇਹ ਹੋਸਪਿਟਲ ਬਣਾਉਣ ਵਾਸਤੇ ਫੰਡ ਦਿੱਤਾ। SSP ਸਾਹਿਬ ਰੂਪਨਗਰ ਨੇ ਜਿਹੜਾ ਕਿ ਸਾਰਾ ਫੰਡ ਡਾਕਟਰ ਸਾਹਿਬ ਨੂੰ ਕਹਿ ਕੇ ਇੱਥੇ ਜਿਹੜਾ ਜਿੰਨਾ ਵੀ ਸਮਾਨ ਆ ਤੁਸੀਂ ਦੇਖ ਰਹੇ ਹੋ, ਇੱਥੇ ਸਿਲੰਡਰ, ਯਾਨੀ ਕਿ ਹਰੇਕ ਜੋ ਮਰੀਜ਼ ਨੂੰ ਚਾਹੀਦਾ ਐਡਮਿਟ ਹੋਣ ਤੋਂ ਲਾਸਟ ਤੱਕ, ਸਿਰਫ ਇੱਕ ਵੈਂਟੀਲੇਟਰ ਨੂੰ ਛੱਡ ਕੇ ਬਾਕੀ ਸਾਡੇ ਕੋਲ ਆਕਸੀਜਨ ਸਿਲੰਡਰ ਹਰੇਕ ਚੀਜ਼ ਆ, ਯਾਨੀ ਕੋਈ ਐਸਾ ਸਮਾਨ ਨਹੀਂ ਹੈ। ਅਤੇ ਅਸੀਂ ਦਵਾਈਆਂ ਵੀ ਖਰੀਦੀਆਂ ਨੇ, ਬਾਕੀ ਸਾਡੇ ਜਿਹੜੇ ਮੁਲਾਜ਼ਮ ਨੇ, ਜੋ ਤਕਰੀਬਨ 1000 ਤੋਂ ਉੱਪਰ ਸਾਡੇ ਮੁਲਾਜ਼ਮ ਲੱਗੇ ਨੇ, ਅਸੀਂ ਉਹਨਾਂ ਨੂੰ ਵੀ ਹਰੇਕ ਮੁਲਾਜ਼ਮਾਂ ਨੂੰ ਇੱਕ ਮਹੀਨੇ ਦੀ B ਕੰਪਲੈਕਸ ਅਤੇ ਵਿਟਾਮਿਨ C, ਇਹ ਵੀ ਦਵਾਈਆਂ ਸੀ ਜਿਹੜੀਆਂ ਉਹਨਾਂ ਨੂੰ।